ਪਹਿਣਾ ਭਰਾ ਬੈਗ ਚੱਕ ਰਹੇ ਤੋਂ ਮਾਸ਼ਾਅੱਲਾ ਇੱਕ ਬੜੀ ਖੂਬਸੂਰਤ ਜੀ ਕੋਠੀ ਆ ਲੱਗਦੀ ਨਾ ਉੱਤੀ ਉੱਤੀ ਰੱਬ ਤਾਈ ਅੱਖ ਅੱਲੜੇ ਬਾਬਾ ਜੋਧੀ ਮੁਹੰਮਦ ਸ਼ਫੀ ਸਾਹਿਬ ਖੁੱਲੀਆਂ ਅੱਖਾਂ ਦੇ ਨਾਲ ਵੇਂਦਾ ਰਵਾਂ ਖਾਬ ਤੇਰੇ ਨਾਲ ਮੈਂ ਤਾਂ ਜ਼ਿੰਦਗੀ ਬਿਤਾਉਣ ਦੇ ਤੂੰ ਵੀ ਥੋੜਾ ਬਹੁਤਾ ਕੰਧੇ ਕਰ ਲੈ ਕੇ ਆਲ ਮੇਰੇ ਨਾਂ ਦੀ ਮਹਿੰਦੀ ਹੱਥਾਂ ਤੇ ਸਜਾਉਣ ਦੇ ਉਹ ਐਵੇਂ ਕਰੀਦਾ ਨੀ ਪਿਆਰਾ ਉੱਤੇ ਸ਼ੱਕ ਅੱਲੜੇ ਉਹ ਮੇਰੀ ਲੱਗਦੀ ਨਾ ਅੰਕਲ ਵਿਸ਼ਾਲ ਯੂਕੇ ਸੀ ਅੰਕਲ ਸਜਾਦ ਮੇਰੀ ਲੱਗਦੀ ਨਾ ਰਹੀਮ ਅਸਲਾਮ ਵਾਲੇਕੁਮ ਅੱਲਾਹ ਉਸਨੇ ਪਿਆਰ ਹਬੀਬ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਬਬਰਕਤ ਔਰ ਖੂਬਸੂਰਤ ਜਿਹੇ ਨਾਂ ਤੋਂ ਅੱਜ ਨੇ ਇਸ ਦਿਨ ਔਰ ਖੂਬਸੂਰਤ ਜਿਹੀ ਵੀਡੀਓ ਨਾਲ ਆਗਾਜ਼ ਕਰਨੇ ਹਾਂ ਸਾਰੇ ਬਿਨਾਂ ਆਪਣਾ ਸ਼ੁਕਰੀਆ ਅਦਾ ਕਰਨਾ ਸਾਂ ਆਪਣਾ ਕੀਮਤੀ ਟਾਈਮ ਤੁਹਾਨੂੰ ਵੀਡੀਓ ਸਕੜੀ ਤੱਕ ਇੰਜੋਏ ਕਰੀ ਤਾਂ ਆਪਣੀ ਕੀਮਤੀ ਰਹਿ ਸਕੀ ਕਮੈਂਟ ਦੇ ਛੁਣੇ ਹੋ ਟਾਈਮ ਦਾ ਕਿਤੇ ਬਿਆਰ ਅੱਜ ਨੇ ਵੀਡੀਓ ਸ਼ੁਰੂ ਕਰਨੇ ਹਾਂ ਔਰ ਸਾਰੇ ਤੱਕ ਲੈ ਕੇ ਮਾੜੀ ਤਰਫੋਂ ਅੱਜ ਇਸ ਵੀਡੀਓ ਵਿੱਚ ਖੁਸ਼ ਆਮਦੀਦ ਭੈਣਾਂ ਭਰਾ ਬੈਗ ਚੱਕ ਰਹੇ ਤੋਂ ਮਾਸ਼ਾਅੱਲਾ ਇੱਕ ਬੜੀ ਖੂਬਸੂਰਤ ਜਿਹੀ ਕੋਠੀ ਹੈ ਅੱਜ ਇਸ ਕੋਠੀ ਨਾਲ ਸਿੱਧਾ ਆਇਆ ਆਪਣੀ ਤਾਂ ਬਣੇ ਬਿਆ ਜ਼ਿਆਦਾ ਇੱਥੇ ਦਵਾ ਹੀ ਹੈ ਅਸਲ ਵਿੱਚ ਇਹ ਕੋਠੀ ਸਾਡੇ ਦਾਦਾ ਹੈ ਬਾਬਾ ਚੌਧਰੀ ਮੁਹੰਮਦ ਸ਼ਫੀ ਸਾਹਿਬ ਉਹਨਾਂ ਨੇ ਕੋਠੀ ਹੈ ਮਾਸ਼ਾਅੱਲਾ ਬੜੀ ਖੂਬਸੂਰਤ ਡਿਜ਼ਾਇਨ ਦੀ ਕੋਠੀ ਤਿਆਰ ਕੀਤੀ ਗਈ ਹੈ ਵੈਸੇ ਤੁਸੀਂ ਹਕੀਕਤ ਨਾਲ ਗੱਲ ਦੱਸੀ ਜਾਣ ਮੈਂ ਇਹ ਕੋਠੀ ਜਿਹੜੀ ਤੁਸੀਂ ਦੱਸਣ ਲਵਾਂ ਇਨਸ਼ਾਅੱਲਾ ਅੱਗੇ ਤੁਹਾਨੂੰ ਡਰੋਨ ਕਲਿਪ ਤੱਕ ਸੋਈ ਇਹ ਬੈਗ ਪਰ ਕੋਠੀ ਤੱਕ ਸੋਹਣਾ ਇਹ ਜਿਹੜਾ ਨਕਸ਼ਾ ਤਿਆਰ ਹੋਇਆ ਨਾ ਇਹ ਕਸ਼ਮੀਰ ਦੇ ਅੰਦਰ ਕੋਠੀ ਤਕਰੀਬਨ ਮੈਂ ਅਜੇ ਜੀ ਕੋਈ ਤੱਕਿਆ ਸ਼ਾਇਦ ਦੀ ਗੱਲ ਕੁਛ ਜਾ ਹੋਈ ਹੋ ਸੀ ਮੈਂ ਨਾ ਹਾਲਾਂਕਿ ਨਹੀਂ ਆਉਣ ਲਈ ਸ਼ਾਇਦ ਦੀ ਗੱਲ ਕੁਛ ਜਾ ਹੋਈ ਹੋ ਸੀ ਸਾਡੀ ਨਜ਼ਰ ਸੀ ਨਾ ਗੁਜ਼ਰੀ ਦੁਬਾਰਾ ਲਿਆ ਕੇ ਇਹ ਨਕਸ਼ਾ ਪਾਕਿਸਤਾਨ 'ਚ ਤਿਆਰ ਹੋਇਆ ਵਾ ਮਾਸ਼ਾਅੱਲਾ ਇਤਨਾ ਖੂਬਸੂਰਤ ਨਕਸ਼ਾ ਹੈ ਇਨਸ਼ਾਅੱਲਾ ਮੈਂ ਤੁਹਾਨੂੰ ਕੋਠੀ ਨੇ ਡਰੋਨ ਦੀ ਵੀਡੀਓ ਬਣਾ ਤੱਕ ਸੋ ਤਾਂ ਆਪ ਵੀ ਅੰਦਾਜ਼ਾ ਕਰ ਸਕੋ ਕਿ ਵਾਕਿਆ ਬੜੀ ਖੂਬਸੂਰਤ ਕੋਠੀ ਜਿਹੜੀ ਹੈ ਨਾ ਇਹ ਤਾਮੀਰ ਕੀਤੀ ਗਈ ਹੈ ਅਸੀਂ ਪਹਿਲੇ ਮੈਂ ਆਪਣੀ ਤਰਫੋਂ ਔਰ ਆਪਣੀ ਫੈਮਿਲੀ ਔਰ ਆਪਣੇ ਤੱਕ ਜਿਹੜੇ ਸਾਰੇ ਭੈਣਾਂ ਭਰਾ ਹੈ ਉਹਨਾਂ ਦੀ ਤਰਫੋਂ ਬਾਬਾ ਮੁਹੰਮਦ ਸ਼ਫੀ ਸਾਹਿਬ ਦਾ ਉਹਨਾਂ ਨੇ ਫੈਮਿਲੀ ਤਕਰੀਬਨ ਸਾਰੀ ਕੀ ਮੁਬਾਰਕਬਾਦ ਪੇਸ਼ ਕਰਨਾ ਆ ਅੱਲਾ ਪਾਕ ਅਗਾ ਦਵਾਈ ਕਿ ਅੱਲਾ ਪਾਕ ਉਹਨਾਂ ਕੀ ਇਸ ਕੋਠੀ ਦੇ ਅੰਦਰ ਰਹਿਣਾ ਵਸਣਾ ਨਸੀਬ ਫਰਮਾਇਆ ਹੁਣ ਤੁਸੀਂ ਦੱਸਾਂ ਇਨਸ਼ਾਅੱਲਾ ਡਰੋਨਿਕ ਲਈ ਵੀ ਸਾਡੇ ਅੰਕਲ ਅੰਕਲ ਵਿਸ਼ਾਲ ਯੂਕੇ ਸੀ ਅੰਕਲ ਸਜਾਦ ਮਾਸ਼ਾਅੱਲਾ ਇਹਨਾਂ ਦੋ ਭਰਾਵਾਂ ਨੂੰ ਵੀ ਬੜੀ ਮਿਹਨਤ ਹੈ ਇਸ ਕੋਠੀ ਪਰ ਜ਼ਾਹਿਰ ਗੱਲ ਤੁਸੀਂ ਪਤਾ ਭੈਣਾਂ ਭਰੋ ਕਿ ਹਮੇਸ਼ਾ ਕੋਈ ਵੀ ਚੀਜ਼ ਹੈ ਉਸਨੇ ਨਾਂ ਜਿਹੜੇ ਨੇ ਉਸਨੇ ਬੜੇ ਬਜ਼ੁਰਗ ਹੋਣੇ ਨਾ ਹਮੇਸ਼ਾ ਨਾਂ ਉਹਨਾਂ ਨੇ ਕਹਿੰਦਾ ਜਾਣਾ ਸਾਰਿਆਂ ਨੇ ਜਨਾਬ ਜਿਹੜੇ ਬੜੇ ਬੰਦੇ ਜਿਹਨੇ ਨਾਂ ਬਣਾਉਣੇ ਵਿੱਚੋਂ ਬੰਦਿਆਂ ਵਿੱਚੋਂ ਇੱਕ ਨਾਂ ਬਾਬਾ ਮੁਹੰਮਦ ਸ਼ਫੀ ਇਹ ਬੜਾ ਇੱਕ ਨਾਂ ਆ ਉਹਨਾਂ ਨੇ ਕੋਠੀ ਆ ਇਨਸ਼ਾਅੱਲਾ ਤੁਸੀਂ ਕੋਠੀ ਨੇ ਜਿਹੜੀ ਖੂਬਸੂਰਤ ਜੀ ਵੀਡੀਓ ਦੱਸਾਂ ਜਿਹੜੇ ਭੈਣਾਂ ਭਰਾ ਨਵੇਂ ਆਏ ਉਹਨਾਂ ਨੇ ਗੁਜ਼ਾਰਿਸ਼ ਕਰਨਾ ਚੈਨਲ ਨੂੰ ਸਬਸਕ੍ਰਾਈਬ ਮਾਰ ਲਈ ਨੇ ਵੀਡੀਓ ਸ਼ੇਅਰ ਕਰ ਲਈ ਨੇ ਉਹ ਜੁਲੇ ਉਹਨਾਂ ਨੇ ਕਾਰ ਉੱਥੇ ਜਿਹੜੀ ਡਰ ਨੇ ਪਹਿਲੇ ਡਰੋਨ ਉਸ ਤੋਂ ਬਾਅਦ ਇਨਸ਼ਾਅੱਲਾ ਦਵਾ ਨੇ ਵੀਡੀਓ ਸੀ ਲੰਗਰ ਸ਼ੰਗਰ ਸਾਰੇ ਮਾਮਲਾਤ ਇਨਸ਼ਾਅੱਲਾ ਤੁਸੀਂ ਦੱਸੇ ਜਾ ਨਾਲ ਜੁੜੇ ਰਹੋ ਉਹ ਜੁਲੇ ਅਸਾਂ ਤੁਸੀਂ ਖੂਬਸੂਰਤ ਜੀ ਡਰੋਨ ਵੀਡੀਓ ਦੱਸਣੇ ਆ ਲੱਖ ਮੈਂ ਵੇਖੀਆਂ।
पढ़िया वो
بسم الله الرحمن الرحيم. أعوذ برب الناس ملك الناس إله الناس من شر الوسواس الخناس الذي يوسوس في صدور الناس من الجنة والناس. بسم الله الرحمن الرحيم. الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين أنعمت عليهم غير المغضوب عليهم ولا الضالين. سيدنا ومولانا محمد وعلى سيدنا ومولانا محمد واصحاب سيدنا ومولانا محمد وزاد سيدنا ومولانا محمد وذريات سيدنا ومولانا محمد وبارك وسلم وسلم عليه. اے پروردگار ہم نے شریف کا ذکر کیا گیا ہے قرآن مجید فرقان حمید کی تلاوت کی گئی ہے اسے اور اس کے علاوہ تین مرتبہ مکمل قرآن مجید فرقان حمید کے ختم شریف کا سوال بسم اللہ شریف 5000 مرتبہ پہلا کلمہ شریف 10000 مرتبہ سورۃ یاسین شریف 31 مرتبہ آیت الکرسی 25 بار مرتبہ آیت کریمہ 500 مرتبہ اے بات پروردگار اس کے علاوہ جو بھی پڑھے گئے کلمات طیبات ان سب کا ثواب اس کام کا ثواب تیری پاک تو بارگاہ کے اندر ابھی اپن کو قدم پیش کرتے ہیں قبول و منظور فرما. حضور نبی کریم رؤوف الرحیم لج پاک کریمہ تعالیٰ نبی علیہ الصلوۃ والسلام کی پاک مقدس بارگاہ کے اندر ادیتن کو فتن پیش کرتے ہیں قبول و منظور فرما. لج پاک کریمہ تعالیٰ نبی علیہ الصلوۃ والسلام کے والدین طیبین طاہرین آپ کی ازواج مطہرات آپ کے تمام صحابہ صحابیات خن تن پاک اہل بیت خلفاء راشدین ائمہ کرام تابعین تبع تابعین محققین مفسرین اولیاء صالحین بزرگان دین پیران پیر حضرت سیدنا شیخ عبدالقادر جیلانی الحسنی والحسینی اور حضرت بابا جی بدری سرکار رحمت اللہ تعالیٰ علیہ کی روح پاک پیش کرتے ہیں قبول و منظور. اے رب العزت جمیع مومنین مومنات مسلمین مسلمات جو کہ باحالت ایمان اس دنیا فانی سے ریالت فرما چکے ہیں فردن فردن ان سب کی ارواح پاک پیش کرتے ہیں قبول و منظور فرما اور خاص بالخصوص حاجی محمد شفیع صاحب کے والدین آپ کے بہن بھائی رشتہ دار اقربا جتنے بھی اس دنیا فانی سے ریالت فرما چکے ہیں فردن فردن ان سب کی ارواح پاک کو پیش کرتے ہیں قبول اور منظور فرما. اے رب العزت سب کی بخشش اور مغفرت فرما. اے پاک پروردگار تیری ذات پاک کا لاکھ لاکھ شکر ہے کہ تیرے فضل سے تیرے کرم سے تیری رحمت کے صدقے سے یہ مکان کا کام پایا تکمیل تک پہنچا ہے. اے پاک پروردگار حاجی صاحب اور حاجی صاحب کی آل اولاد اس گھر کے اندر سکون کے ساتھ چین کے ساتھ امن کے ساتھ بسنا نصیب عطا فرما. اللہ پاک اپنا فضل فرما اللہ اپنا کرم فرما اپنی رحمت کے صدقے سے اپنے فضل کے صدقے سے اس عظمت والے پاک کلام شریف کے نور کے صدقے سے اس گھر کو زمینی آسمانی ہر قسم کی بلیات سے محفوظ عطا فرما اللہ نظر بد سے محفوظ عطا فرما اللہ پاک دشمن کے شر سے محفوظ عطا فرما شیطان کے شر سے محفوظ عطا فرما انسان کے شر سے محفوظ عطا فرما اللہ پاک اس گھر کو صحب خانہ کے لیے امن کا گہوارہ بنا. اے رب العزت اپنے فضل سے اپنے کرم سے اس گھر کے اندر جتنی سختیاں بیماریاں تنگیاں تکلیفاں مصیبتیں ہیں اے اللہ سب کو دور عطا فرما اللہ پاک اپنا فضل فرما اس گھر کے اندر اپنی رحمت نازل عطا فرما اللہ پاک صاحب خانہ کو اس گھر کے اندر امن کے ساتھ چین کے ساتھ سکون کے ساتھ رہنا نصیب عطا فرما اللہ دن دگنی رات چگنی ترقی اور برکت عطا فرما اللہ پاک حاجی محمد شفیع صاحب کو صحت عطا فرما اللہ پاک ان کی روحانی جسمانی زہری باطنی قلبی ہر قسم کی بیماری کو شفا عطا فرما اللہ پاک حاجی صاحب کی ساری آل اولاد کی خیر عطا فرما ان کے کاروبار کے اندر گھر کے اندر روزی رزق کے اندر مال کے اندر برکت عطا فرما اللہ پاک زمینی آسمانی ہر قسم کی بلیات سے محفوظ عطا فرما اللہ پاک جتنی بھی احباب
دور و نزدیک سے اس دعا میں شرکت کرنے کے لیے آئے. اللہ سب کا نام دی پاک بارگاہ کے اندر قبول اور منظور فرما. سب کی دل کی تمام نیک ارادے نیک جیسے تمنا کو پورا عطا فرما. اللہ پاک اس دعا کو اس التجا کو اس ختم شریف کو اپنی ہوتا تعالی خیر خلقی ہی و نور عرشی ہی محمد و علی آتی ہی و اصحابی ہی اجمائین برحمت. ٹھیک ہے جی, ماشاء اللہ. پلیٹ خالی کری می دسو جانے.